ਕਾਫੀ ਉੱਤੇ ਤੂੰ ਨੱਚਦੀ ਬੇਈਮਾਨ ਬਿਨਾ ਹੁਣ ਕਿੱਥੇ ਬਚਦੀ ਆਏ ਹਾਏ ਹਾਏ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਪਹਿਲਾਂ ਤੇ ਸਾਰਿਆਂ ਨੂੰ ਥੋੜੀ ਸੌਰੀ ਕਿਉਂਕਿ ਮੈਨੂੰ ਕੋਈ ਪ੍ਰੋਬਲਮ ਹੋਣ ਕਰਕੇ ਤੇ ਆਪਾਂ ਬੱਬੂ ਮਾਨ ਜੀ ਦੇ ਸੌਂਗ ਜਿਹੜਾ ਜੱਟੀਏ ਸੌਂਗ ਆਇਆ ਉਹਤੇ ਆਪਾਂ ਰਿਐਕਸ਼ਨ ਥੋੜਾ ਲੇਟ ਕਰ ਦਿੱਤਾ ਹੈ ਤੇ ਉਹ ਹੁਣ ਲੈ ਕੇ ਆਏ ਹਾਂ ਆਪਾਂ ਸੌਂਗ ਰਿਐਕਸ਼ਨ ਤੇ ਜੱਟੀਏ ਸੌਂਗ ਹੈ ਤੇ ਖਾਸ ਗੱਲ ਇਹ ਹੈ ਕਿ ਲਾਈਵ ਸ਼ੋਅ ਦੇ ਵਿੱਚ 16 ਸਾਲ ਪਹਿਲਾਂ ਗਾਇਆ ਹੋਇਆ ਇਹ ਸੌਂਗ ਹੈ ਜੋ ਭੰਗੜੇ ਵਾਲਾ ਤੇ ਡੀਜੇ ਵਾਲਾ ਸੌਂਗ ਹੈ ਸਾਰਿਆਂ ਨੇ ਚਿਲ ਕਰਨਾ ਹੈ ਮਾਰ ਕੇ ਫੰਕਸ਼ਨ ਕਰਨਾ ਹੈ ਇੰਟਰਟੇਨਮੈਂਟ ਕਰਨੀ ਹੈ ਤੇ ਜੱਟੀਏ ਸੌਂਗ ਆਓ ਚੈੱਕ ਕਰਦੇ ਹਾਂ ਨਾਲ ਆਓ ਡੀਜਿਆਂ ਦੇ ਨੱਚਣ ਲਈ ਤਿਆਰ ਹੋ ਜਾਓ ਵਿਆਹਾਂ ਸ਼ਾਦੀਆਂ ਦੇ ਅੱਗੇ ਆ ਹੀ ਰਹੀਆਂ ਹੁਣ ਫਿਰ ਟੀਏ चट्टी है शराब दी है मट्टी है नी तेनू पीण गे नसीबा वाले चट्टी है शराब दी है मट्टी है नी तेनू पीण गे नसीबा वाले चट्टी है शराब दी है मट्टी है नी तेनू पीण गे नसीबा वाले नी कुड़ती ते मोरनिया नी कुड़ती ते मोरनिया नी पट्टे जान गे शहर दे लाले चट्टी है शराब दी है मट्टी है नी अज पीण गे नसीबा वाले चट्टी है शराब दी है मट्टी है नी अज पीण गे नसीबा वाले ਮਨ ਬਿਨਾ ਹੁਣ ਕਿੱਥੇ ਬਚਦੀ ਮੱਗ ਦੇ ਚਿਰਾਗ ਜਾਈਏ ਮੱਟੀਏ ਨੀ ਸਾਡੇ ਲੇਖ ਨੇ ਲੋ ਜੈ ਕਾਲੇ ਚੱਟੀਏ ਸ਼ਰਾਬ ਦੀਏ ਮੱਟੀਏ ਨੀ ਤੈਨੂੰ ਪੀਣਗੇ ਨਸੀਬਾਂ ਵਾਲੇ ਚੱਟੀਏ ਸ਼ਰਾਬ ਦੀਏ ਮੱਟੀਏ ਨੀ ਤੈਨੂੰ ਪੀਣਗੇ ਨਸੀਬਾਂ ਵਾਲੇ ਇਹ ਭੰਗੜੇ ਸ਼ੰਗੜੇ ਵਾਲਾ ਤੇ ਫੰਕਸ਼ਨ ਵਾਲਾ ਸੌਂਗ ਹੈ ਤੇ ਇਹਨੂੰ ਇੰਟਰਟੇਨਮੈਂਟ ਕਰੇ ਕਿਉਂਕਿ ਆਮ ਕਰਕੇ ਜਦੋਂ ਆਪਾਂ ਗਾਣਾ ਕੋਈ ਵੀ ਚੱਲਦਾ ਹੋਵੇ ਨਾ ਅਸੀਂ ਸੌਂਗਸ ਨੂੰ ਇੰਜੋਏ ਕਰਦੇ ਹਾਂ ਇੰਟਰਟੇਨਮੈਂਟ ਕਰਦੇ ਹਾਂ ਕਿ ਇਹ ਗਾਣਾ ਉਹਨਾਂ ਫੈਨਸ ਵਾਸਤੇ ਹੈ ਉਹਨਾਂ ਵਾਲਿਆਂ ਵਾਸਤੇ ਹੈ ਕਿ ਜਿਹੜੇ ਇਸ ਚੀਜ਼ ਨੂੰ ਬੱਬੂ ਮਾਨ ਨੂੰ ਲਾਈਕ ਕਰਦੇ ਨੇ ਦੂਜੀ ਗੱਲ ਜਿਹੜਾ ਬੱਬੂ ਮਾਨ ਦੇ ਗਾਣਿਆਂ ਨੂੰ ਇੰਜੋਏ ਕਰਕੇ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਵੇਂ ਪੁਰਾਣੇ ਸੌਂਗ ਪਿੰਡ ਪਹਿਰਾ ਲੱਗਦਾ ਜਾਂ ਹੋਰ ਕੋਈ ਸੌਂਗ ਚੱਲਦੇ ਸੀ ਉਸੇ ਤਰੀਕੇ ਦੇ ਨਾਲ ਹੁਣ ਨਵੇਂ ਵਰਜ਼ਨ ਦੇ ਵਿੱਚ ਬੱਬੂ ਮਾਨ ਹੈ ਤਾਂ 16 ਸਾਲ ਪੁਰਾਣਾ ਸੌਂਗ ਪਰ ਅੱਜ ਇਹ ਸੌਂਗ ਦੇ ਨੱਚਣ ਲਈ ਤਿਆਰ ਹੋ ਜਾਓ ਮਾਲ ਹੈ ਕੋਈ ਗਿਆ ਜ਼ਰ ਤੇ ਕੋਈ ਜ਼ਬਾਨ ਤੋਂ ਵਾਰੇ ਵਾਰੇ ਜਾਵੇ ਹਰ ਕੋਈ ਰਕਾਨ ਤੋਂ ਛੱਡੇ ਆਏ ਤੀਰ ਜੱਟ ਨੇ ਕਮਾਨ ਤੋਂ ਬਚਦਾ ਸ਼ਿਕਾਰ ਫਿਰ ਕਿੱਥੇ ਮਾਨ ਤੋਂ ਆਏ ਹਾਏ ਹਾਏ ਕੋਈ ਗਿਆ ਜ਼ਰ ਤੇ ਕੋਈ ਜ਼ਬਾਨ ਤੋਂ ਵਾਰੇ ਵਾਰੇ ਜਾਵੇ ਹਰ ਕੋਈ ਰਕਾਨ ਤੋਂ ਛੱਡੇ ਆਏ ਤੀਰ ਜੱਟ ਨੇ ਕਮਾਨ ਤੋਂ ਬਚਦਾ ਸ਼ਿਕਾਰ ਫਿਰ ਕਿੱਥੇ ਮਾਨ ਤੋਂ ਇਸ਼ਕੇ ਦੀ ਬਾਜ਼ੀ ਬੜੀ ਫਸਮੀ ਲਾ ਨਾ ਜਾਮੀ ਟਾਲੇ ਚੱਟੀਏ ਸ਼ਰਾਬ ਦੀਏ ਮੱਟੀਏ ਨੀ ਅੱਜ ਪੀਣਗੇ ਨਸੀਬਾਂ ਵਾਲੇ ਚੱਟੀਏ ਸ਼ਰਾਬ ਦੀਏ ਮੱਟੀਏ ਨੀ ਅੱਜ ਪੀਣਗੇ ਨਸੀਬਾਂ ਵਾਲੇ ਸੱਗੀ ਫੁੱਲ ਮੱਥੇ ਉੱਤੇ ਮਾਲਾ ਚੰਦਨੀ ਜੱਚਦਾ ਹੈ ਤੇਰੇ ਆ ਸੋਨੇ ਦਾ ਦੰਦਨੀ ਗਲ ਵਿੱਚ ਜੱਚਦਾ ਹੈ ਗੁਲੂ ਬੰਦਨੀ ਸ਼ਹਿਦ ਵਿੱਚ ਭਿੱਜੀ ਹੋਈ ਗੁਲ ਕੰਦਨੀ ਸੋਹਣੀਆਂ ਲਵੇਲੀਏ ਮਜਾਜਣੇ ਘੁੰਮਦੇ ਨੇ ਨਾਗ ਦੁਆਲੇ
ਨਸੀਬਾਂ ਵਾਲੇ ਜੱਟੀਏ ਸ਼ਰਾਬ ਦੀ ਇਹ ਮੱਟੀਏ ਅੱਜ ਪੀਣਗੇ ਨਸੀਬਾਂ ਵਾਲੇ ਜਾਂ ਤੈਨੂੰ ਪੀਣਗੇ ਨਸੀਬਾਂ ਵਾਲੇ ਕਹਿ ਰਹੇ ਨੇ ਤੇ ਦੇਖੋ ਗਾਣੇ ਨੂੰ ਇੰਜੋਏ ਕਰੋ ਇੰਟਰਟੇਨਮੈਂਟ ਕਰੋ ਜੇ ਮੀਨਿੰਗਸ ਦੇ ਹਿਸਾਬ ਦੇ ਨਾਲ ਚਲੋਗੇ ਤੇ ਕੋਈ ਚੀਜ਼ਾਂ ਜਿਹੜੀਆਂ ਸਾਡੇ ਨਸੀਬਾਂ ਦੇ ਨਾਲ ਸਾਨੂੰ ਮਿਲਦੀਆਂ ਨੇ ਤੇ ਇੱਕ ਗੱਲ ਇਹ ਯਾਦ ਰੱਖਿਓ ਕੁਝ ਚੀਜ਼ਾਂ ਨਸੀਬ ਬਣਾਉਣੇ ਪੈਂਦੇ ਨੇ ਤੇ ਕੁਝ ਨਸੀਬ ਆਟੋਮੈਟਿਕਲੀ ਬਣ ਜਾਂਦੇ ਨੇ ਕਹਿ ਲਈਏ ਕਿ ਕੁਝ ਦੀ ਤੇ ਆਟੋਮੈਟਿਕਲੀ ਕੁਦਰਤੀ ਸਾਡੇ ਜੀਵਨ ਦੇ ਵਿੱਚ ਆ ਜਾਂਦੇ ਨੇ ਤੇ ਕੁਝ ਨਸੀਬ ਬਣਾਉਣ ਵਾਸਤੇ ਉਹ ਮਿਹਨਤ ਕਰਨੀ ਪੈਂਦੀ ਕਿਉਂਕਿ ਆਮ ਕਰਕੇ ਨਾ ਸਾਡੇ ਭਾਸ਼ਾ ਦੇ ਵਿੱਚ ਆਪਣੇ ਪੰਜਾਬੀ ਕਲਚਰ ਦੇ ਵਿੱਚ ਇਹ ਚੀਜ਼ਾਂ ਕਿ ਜੋ ਕਿਸਮਤ ਦੇ ਵਿੱਚ ਲਿਖਿਆ ਹੋਊਗਾ ਮਿਲ ਜਾਵੇਗਾ ਜੋ ਕਰਮਾਂ ਦੇ ਵਿੱਚ ਲਿਖਿਆ ਯਾਦ ਰੱਖਿਓ ਲਿਖਿਆ ਹੋਇਆ ਨਹੀਂ ਆਉਂਦਾ ਹੁੰਦਾ ਲਿਖਣਾ ਪੈਂਦਾ ਹੁੰਦਾ ਹੈ ਕਿਉਂਕਿ ਮੈਂ ਦੇਖੋ ਬਸ਼ੱਕ ਦਿੱਤੀ ਇਹ ਗਾਣਾ ਹੈ ਪਰ ਮੈਂ ਇੱਕ ਗੁਰਬਾਣੀ ਦੀ ਪੰਕਤੀ ਹੈ ਤੇ ਮੈਂ ਤਾਂ ਇਸ ਚੀਜ਼ ਨੂੰ ਯੂਜ਼ ਕਰ ਰਿਹਾ ਕਿਉਂਕਿ ਜੇ ਆਪਾਂ ਕਰਮਾਂ ਤੇ ਨਸੀਬਾਂ ਦੀਆਂ ਚੀਜ਼ਾਂ ਕਈ ਵਾਰ ਆਪਾਂ ਕੋਈ ਵੀ ਚੀਜ਼ ਮੈਂ ਇਹ ਕਿਉਂਕਿ ਗਾਣੇ ਦਾ ਮਤਲਬ ਭਾਵੇਂ ਜੋ ਮਰਜ਼ੀ ਹੈ ਪਰ ਆਪਾਂ ਇਹ ਗੱਲ ਅਲੱਗ ਤਰੀਕੇ ਦੇ ਨਾਲ ਕਰਨੀ ਹੈ ਕਿ ਭਾਵੇਂ ਸਾਡੀ ਲਾਈਫ ਦੇ ਵਿੱਚ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਚੀਜ਼ ਹਾਸਲ ਵੀ ਕਰਨੀ ਹੈ ਨਾ ਤੇ ਉਹ ਹਾਸਲ ਕਰਨ ਵਾਸਤੇ ਵੀ ਉਹ ਮਿਹਨਤ ਕਰਨੀ ਪੈਂਦੀ ਹੈ ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਹੁਣ ਘਰੇ ਬੰਦਾ ਬੈਠਾ ਕਵੇ ਕਿ ਮੈਂ ਆਰਮੀ ਦੇ ਵਿੱਚ ਭਰਤੀ ਹੋ ਜਾ ਤੇ ਘਰੇ ਬਹਿ ਕੇ ਤੁਰੋ ਉਹਦੇ ਵਾਸਤੇ ਜੋ ਰਿਕੁਆਇਰਮੈਂਟਸ ਹੈ ਉਹ ਪੂਰੀਆਂ ਕਰਨੀਆਂ ਪੈਂਦੀਆਂ ਦੌੜ ਕੱਢਣੀ ਪੈਂਦੀ ਹੈ ਇਸੇ ਤਰੀਕੇ ਦੇ ਨਾਲ ਮਿਹਨਤ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਨਾ ਪੈਂਦਾ ਹੈ ਨਸੀਬ ਬਣਾਉਣੇ ਪੈਂਦੇ ਨੇ ਤੇ ਜਿੰਨੇ ਨਸੀਬ ਕਹਿ ਲਈਏ ਮਿਹਨਤ ਲਾ ਕੇ ਬਣਾਓਗੇ ਨਾ ਤੇ ਓਨੀ ਸਫਲਤਾ ਵੀ ਉੱਚੀ ਹੋਵੇਗੀ ਤੇ ਸਫਲਤਾ ਦੇ ਵਿੱਚ ਫਿਰ ਸਵਾਦ ਵੀ ਆਵੇਗਾ ਉਸ ਸਫਲਤਾ ਦੇ ਵਿੱਚ ਜਿਹਨਾਂ ਨੂੰ ਆਟੋਮੈਟਿਕਲੀ ਸਭ ਕੁਝ ਮਿਲ ਜਾਂਦਾ ਨਾ ਤੇ ਸੱਚ ਜਾ ਰਹੀ ਉਹ ਚੀਜ਼ਾਂ ਦੀ ਕਦਰਾਂ ਨਹੀਂ ਪਾਉਂਦੇ ਹੁੰਦੇ ਕਦਰਾਂ ਉਹੀ ਪਾਉਂਦੇ ਹੁੰਦੇ ਨੇ ਨਾ ਜਿਹਨਾਂ ਨੇ ਨਸੀਬਾਂ ਦੇ ਨਾਲ ਮਿਹਨਤਾਂ ਦੇ ਨਾਲ ਕਮਾਇਆ ਹੁੰਦਾ ਇੱਕ ਮਿਹਨਤ ਦੇ ਨਾਲ ਕਿਸੇ ਨੇ ਲਿਆਇਆ ਹੋਇਆ ਸਾਈਕਲ ਵੀ ਘਰ ਦੇ ਵਿੱਚ ਉਹਨੂੰ ਬੜੀ ਐਕਸਾਈਟਮੈਂਟ ਦੇ ਦਿੰਦਾ ਹੈ ਤੇ ਕਿਸੇ ਨੂੰ ਆਟੋਮੈਟਿਕਲੀ ਮਿਲੀ ਹੋਈ ਗੱਡੀ ਵੀ ਕਰੋੜਾਂ ਦੀ ਐਕਸਾਈਟਮੈਂਟ ਉਹ ਦੇ ਨਹੀਂ ਪਾਉਂਦੀ ਹੁੰਦੀ ਸੋ ਮਿਹਨਤ ਕਰੋ ਰੱਜ ਕੇ ਕਰੋ ਤੇ ਨਸੀਬ ਆਪਣੇ ਬਣਾਓ ਮਿਹਨਤਾਂ ਕਰਕੇ ਜੋ ਪਹਿਲੀ ਗੱਲ ਤੇ ਜੋ ਹੈ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਬਾਕੀ ਜੇ ਕੁਝ ਚਾਹੁੰਦੇ ਹੋ ਤੇ ਉਹਦੇ ਪ੍ਰਤੀ ਦਿਨ ਰਾਤ ਮਿਹਨਤ ਕਰਦੇ ਰਹੋ ਤੇ ਜੇ ਮਿਲ ਗਿਆ ਤਾਂ ਵੀ ਠੀਕ ਹੈ ਜੇ ਨਹੀਂ ਮਿਲਿਆ ਤੇ ਜਿੰਨੇ ਚ ਹਾਂ ਉਨੇ ਜੀ ਰਾਜੀ ਸੋ ਬਹੁਤ ਪਿਆਰਾ ਸੌਂਗ ਇੰਟਰਟੇਨਮੈਂਟ ਕਰੋ ਇੰਜੋਏ ਕਰੋ ਤੇ ਹੱਸਦੇ ਵੱਸਦੇ ਰਹੋ ਤੇ ਭੰਗੜੇ ਵਾਲਿਆਂ ਲਈ ਭੰਗੜੇ ਵਾਲਾ ਸੌਂਗ ਮਾਨ ਸਾਹਿਬ ਵੱਲੋਂ ਆ ਚੁੱਕਿਆ ਦੱਸਣਾ ਕਿਵੇਂ ਦਾ ਸੌਂਗ ਲਗਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲਗਾ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ ਸਤਿ ਸ੍ਰੀ ਅਕਾਲ ਬਾਏ ਬਾਏ।